ਗਰਮੀ ਦੇ ਵਿੱਚ ਆਲੂ ਵਾਲੇ ਪਰੌਂਠੇ ਵੀ ਉਹ ਬਣਨ ਲੱਗੇ ਨੇ ਬਾਸੀ ਫੈਮਿਲੀ ਦੇ ਘਰ। ਅਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਹੋਪ ਤੁਸੀਂ ਸਾਰੇ ਵਧੀਆ ਅਤੇ ਅਸੀਂ ਵੀ ਠੀਕ ਠਾਕ ਹਾਂ ਜੀ। ਟਾਈਮ ਆ ਸਵੇਰ ਦੇ ਆ ਪਰੇ ਹੋ ਜਾਓ 9 ਵੱਜ ਗਏ। ਅਤੇ ਅੱਜ ਆਪਾਂ ਤੁਸੀਂ ਪਿਛਲੇ ਵਲੋਗਾਂ 'ਚ ਦੇਖਿਆ ਸੀ ਅਸੀਂ ਮੋਹਾਲੀ ਗਏ ਹੋਏ ਸੀ, ਇਹ ਹੈਗਾ ਨੈਕਸਟ ਡੇ। ਅਤੇ ਰਾਤ ਅਸੀਂ ਲੇਟ ਆਏ ਅਤੇ ਬਸ ਮਾੜੀ ਮੋਟੀ ਰੋਟੀ ਖਾ ਕੇ ਸੌਂ ਗਏ, ਅਤੇ ਹੁਣ ਸਾਨੂੰ ਸਵੇਰ ਸਵੇਰੇ ਇੰਨੀ ਭੁੱਖ ਲੱਗੀ ਅਤੇ ਮੇਰਾ ਦਿਲ ਕਰਦਾ ਸੀ ਆਲੂ ਵਾਲੇ ਪਰੌਂਠੇ ਖਾਣ ਨੂੰ। ਸੁੱਕੇ ਜਿਵੇਂ ਤੁਹਾਨੂੰ ਪਤਾ ਅਸੀਂ ਸੁੱਕੇ ਹੀ ਖਾਂਦੇ ਹੁੰਦੇ ਹਾਂ, ਅਤੇ ਬਸ ਆਲੂ ਉਬਾਲ ਲਏ ਆਪਾਂ ਨੇ, ਅਤੇ ਨਾਲ ਹੀ ਆਪਾਂ ਨੇ ਵਲੋਗ ਵੀ ਆਪਣਾ ਸ਼ੁਰੂ ਕਰਤਾ। ਅਤੇ ਅੱਜ ਸਾਰੇ ਦਿਨ ਆਪਾਂ ਦੇ ਉਹ ਗਰਮ ਬੜੀ ਵਲੋਗ ਸ਼ੁਰੂ ਕਰਤਾ ਆਪਾਂ ਨੇ, ਕਿ ਬਣੇ ਰਹੋ ਵਲੋਗ 'ਚ ਅਤੇ ਆਪਾਂ ਵਲੋਗ ਕੰਟੀਨਿਊ ਕਰਨ ਲੱਗੇ ਹਾਂ। ਅਤੇ ਇੱਧਰ ਬਾਸੀ ਸਾਹਿਬ ਵੀ ਰੈਡੀ ਨੇ, ਅਤੇ ਛੁੱਟੀਆਂ ਹੋਣ ਕਰਕੇ ਦਮਨ ਛੁੱਟੀਆਂ ਦਾ ਪੂਰਾ ਫਾਇਦਾ ਲੈਂਦੀ ਹੋਈ ਸੁੱਤੀ ਪਈ ਹੈ, ਅਤੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ। ਇਦੋਂ ਬਾਅਦ ਅੱਛਾ ਸੱਚ ਔਨਲਾਈਨ ਕਲਾਸ ਹੈ ਦਮਨ ਦੀ, ਪਰ ਲਾ ਕੋਈ ਨਹੀਂ ਰਹੀ ਮੈਨੂੰ ਲੱਗਦਾ ਹੈ ਕਿ ਕਹਤਾ ਵੀ ਭਾਈ ਔਨਲਾਈਨ ਹੋਣੀ ਸਾਡੇ ਤੋਂ ਹੁੰਦੀ ਆ, ਹੁਣ ਇਹ ਜਦੋਂ ਕੰਮ ਬਹੁਤ ਜ਼ਿਆਦਾ ਪੈਂਡਿੰਗ ਰਹਿ ਜੂਗਾ ਫਿਰ, ਕਿਉਂਕਿ ਮੈਂ ਕੰਮ ਕਰਨਾ। ਅਤੇ ਅੱਜ ਦਾ ਜਿਹੜਾ ਮੌਸਮ ਹੈ ਦਿਖਾਇਓ, ਬਾਹਰ ਹਵਾ ਚੱਲਦੀ ਹੈ ਅਤੇ ਕੱਲ ਵਧੀਆ ਸੀ ਠੰਡਾ ਮੌਸਮ ਸੀ, ਅੱਜ ਥੋੜੀ ਜਿਹੀ ਗਰਮੀ ਹੈ, ਥੋੜੀ ਗਰਮੀ ਹੈ ਪਰ ਥੋੜਾ ਜਿਹਾ ਡਾਊਨ ਹੈ, ਕੱਲ ਜ਼ਿਆਦਾ ਡਾਊਨ ਸੀ ਅੱਜ ਥੋੜਾ ਜਿਹਾ ਡਾਊਨ ਹੈ ਅੱਜ। ਹਾਂ ਚਲੋ ਜੀ, ਕੋਈ ਨਾ ਗਰਮੀ ਹੋਵੇ ਕੁਛ ਹੋਵੇ ਕੰਮ ਤਾਂ ਕਰਨਾ ਹੀ, ਨਾ ਰੋਟੀ ਤਾਂ ਖਾਣੀ ਹੈ ਢਿੱਡ ਭਰਨਾ। ਮੇਰੀ ਸਲਾਹ ਬਣ ਗਈ, ਮੈਂ ਰਸੋਈ 'ਚ ਏਸੀ ਨਾ ਲਵਾਉਣਾ। ਹਾਂ ਰਸੋਈ 'ਚ ਏਸੀ ਨਾ ਲਵਾਉਣਾ। ਰਸੋਈ 'ਚ ਵੀ ਕੋਈ ਲੋਕ ਏਸੀ ਲਵਾਉਂਦੇ ਨੇ? ਮੈਂ ਦਿਖਾਵਾਂ ਤੁਹਾਨੂੰ ਫਿਰ। ਅੱਛਾ ਹਾਂ, ਮੈਂ ਦੇਖਿਆ ਤਾਂ ਹੀ ਮੇਰੀ ਸਲਾਹ ਬਣੀ ਹੈ। ਭੈਣਾਂ ਦਾ ਬੁਟੀਕ ਵਾਲੇ ਲਿਫਾਫੇ ਨਾਲ ਰੱਖੇ ਨੇ ਅਸੀਂ, ਉਹ ਨਾਲ ਰੱਖੇ ਨੇ ਕਿ ਕੱਲ ਆਪਾਂ ਇਹਨਾਂ 'ਚ ਸਮਾਨ ਸਮੂਨ ਪਾਇਆ ਸੀ ਪਰਸੋਂ। ਅੱਛਾ, ਤੇ ਉਹ ਸਾਰਾ ਕੁਝ ਪਿਆ, ਇਹ ਸਾਡੇ ਭੈਣਾਂ ਦੇ ਬੁਟੀਕ ਦੇ ਲਈ ਆਪਾਂ ਨੇ ਲਿਫਾਫੇ ਤਿਆਰ ਕਰਵਾਏ ਨੇ, ਇਹਦੇ 'ਚ ਆਪਾਂ ਸੂਟ ਪਾ ਕੇ ਭੇਜਿਆ ਕਰਾਂਗੇ। ਅੱਜ ਆ ਵੇਖ ਲਓ ਆਹ ਲੱਭਿਆ ਜੀ ਅੱਜ ਮੈਨੂੰ, ਅੱਜ ਗਾੜ ਜਿਹਾ, ਸਾਰੇ ਸਿਆਲ ਲੱਭਿਆ ਨਹੀਂ, ਮੈਸ਼ ਕਰਨ ਵਾਲਾ। ਹਾਂ ਸਾਰੇ ਸਿਆਲ ਦੇ ਵਿੱਚ, ਇਹ ਨਾ ਥੱਲੇ ਹੀ ਪਿਆ ਰਿਹਾ ਕਿਤੇ ਉਹਦੇ ਕਾਬੋਰਡ ਦੇ ਥੱਲੇ ਹੀ, ਪਤਾ ਹੀ ਨਹੀਂ ਲੱਗਿਆ ਹੈਗਾ। ਤੇ ਅੱਜ ਮੈਂ ਸਫਾਈ ਕਰਦੀ ਹਾਂ ਸਵੇਰੇ ਜਦੋਂ ਮੈਂ ਲੱਗੀ ਪਈ, ਮੈਂ ਸਵੇਰੇ ਸਵੇਰ ਦਾ ਟਾਈਮ ਹੈ ਤੇ ਜਿਹੜੇ ਕਾਬੋਰਡ ਨੇ ਕਾਫੀ ਖਰਾਬ ਹੋਏ ਹਨ, ਥੱਲੋਂ ਕਾਫੀ ਗਾਹ ਜਿਹਾ ਪਿਆ ਸੀ। ਇਹ ਸਲਿਪਰੀ ਹੋਣ ਦਿੰਦਾ ਆਲੂ ਨੂੰ? ਕੋਈ ਨਾ, ਮੈਂ ਕਰਕੇ ਦਿਖਾਨੀ ਆ ਤੁਹਾਨੂੰ। ਨਹੀਂ ਉਹ ਚਮਚਾ ਤਾਂ ਸਲਿਪ ਕਰ ਦਿੰਦਾ, ਇਹ ਸਲਿਪ ਨਹੀਂ ਹੋਣ ਦਿੰਦਾ। ਹਾਂ ਉਹ ਚਮਚਾ ਫਿਰ ਜਾਂ ਫੋਗ, ਫੋਗ ਵੀ ਸਹੀ, ਫੋਗ ਨਾ ਵੀ ਨਹੀਂ ਹੁੰਦੇ। ਕੋਈ ਨਾ ਮੈਂ ਦਿਖਾਨੀ ਆ ਤੁਹਾਨੂੰ ਕਰਕੇ, ਤੁਸੀਂ ਬਣੇ ਰਹੋ ਵਲੌਗ 'ਚ, ਬੰਦ ਨਾ ਕਰਿਓ ਹਜੇ ਕੈਮਰਾ, ਬੰਦ ਨਾ ਕਰਿਓ। ਨਾ 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 ਨਾ, ਗਰਮੀ ਬਹੁਤ ਆ, ਬਹੁਤ ਜ਼ਿਆਦਾ ਗਰਮੀ ਆ, ਬੁਰਾ ਹਾਲ ਹੋਇਆ ਪਿਆ ਜੀ। ਕਹਿੰਦਾ ਏ ਸੀ ਥੱਲੇ ਵੜ ਜਾਈਏ ਤਾਂ ਬਾਹਰ ਨਹੀਂ ਨਿਕਲਿਆ ਜਾਂਦਾ। ਲਓ ਦੇਖਿਆ, ਕਈ ਲੋਕ ਕੁੰਡੇ 'ਚ ਵੀ ਕੁੱਟਦੇ ਨੇ। ਹਾਂ ਆਪਣਾ ਸਟਾਈਲ ਹੈ, ਨਹੀਂ ਕੁੰਡੇ 'ਚ ਕੁੱਟ ਕੇ ਜ਼ਿਆਦਾ ਉਹ ਨਹੀਂ ਹੋ ਜਾਂਦੇ ਚੀਕਣੇ ਜੇ, ਪਰ ਪਰੌਂਠੇ ਤਾਂ ਸਿਆਲ 'ਚ ਹੀ ਵਧੀਆ ਲੱਗਦੇ ਨੇ ਯਾਰ, ਹਨਾ? ਸਿਆਲ 'ਚ ਤਾਂ ਬੜੇ ਘੈਂਟ ਲੱਗਦੇ ਨੇ, ਵਿੱਚ ਅਦਰਕ ਪਾਇਆ ਹੁੰਦਾ। ਗਰਮੀ 'ਚ ਨਹੀਂ, ਅਦਰਕ ਤਾਂ ਆਪਾਂ ਹੁਣ ਗਰਮੀ 'ਚ ਵੀ ਪਾ ਸਕਦੇ ਹਾਂ, ਥੋੜ੍ਹੀ ਜਿਹੀ ਇਹ ਹੈ ਕਿ ਉਹ ਗਰਮੀ ਕਰਨਗੇ ਨਾ ਹੁਣ, ਜਿਵੇਂ ਸਾਡੇ ਵਰਗੇ ਨੇ ਧਨੀਆ ਥੋੜ੍ਹਾ ਜਿਹਾ ਬਾਜ਼ਾਰੋਂ ਲਿਆਉਣਾ ਪੈਂਦਾ ਸਪੈਸ਼ਲੀ, ਅਤੇ ਕਈ ਵਾਰ ਮਿਲਦਾ ਵੀ ਨਹੀਂ ਗਰਮੀ ਦੇ ਮੌਸਮ 'ਚ, ਆਪਣਾ ਘਰੇ ਲਾਇਆ ਹੋਏ ਫਿਰ ਤਾਂ ਵਧੀਆ। ਮੇਰੀ ਸਲਾਹ ਗਮਲੇ 'ਚ ਲਾ ਦਾਂ, ਹੋ ਗਏ ਨਾ ਮੈਸ਼ ਦੇਖੋ, ਬਟਰ ਨਾਲ ਹੀ ਖਾ ਲਾਂਗੇ ਸੁੱਕੀ, ਹੈ ਨਾ? ਚਲੋ ਜੀ ਹੁਣ ਮੈਂ ਗੁੰਨ ਲਾਂ ਆਟਾ, ਅਤੇ ਬਣੇ ਰਹੋ ਤੁਸੀਂ ਵਲੋਗ 'ਚ, ਅਤੇ ਉਹਨਾਂ 'ਚ ਜਿਹੜੇ ਚੈਨਲ 'ਤੇ ਨਵੇਂ ਨੇ ਚੈਨਲ ਨੂੰ ਫਟਾਫਟ ਸਬਸਕ੍ਰਾਈਬ ਕਰ ਲਓ, ਕਿਉਂਕਿ ਆਪਾਂ ਨੇ ਸਬਸਕ੍ਰਾਈਬਰ ਆਪਣੇ 50,000 ਕਰਨੇ ਨੇ, ਹਜੇ ਸਾਡੇ 26,000 ਹੋਏ ਨੇ। ਦੱਬ ਕੇ ਵੀਡੀਓ ਨੂੰ ਸ਼ੇਅਰ ਕਰਿਆ ਕਰੋ, ਲਾਈਕ ਕਰਿਆ ਕਰੋ, ਕਮੈਂਟ ਵੀ ਕਰਿਆ ਕਰੋ, ਅਤੇ ਜਿਹੜੇ ਮੇਰੇ ਭੈਣ ਭਰਾਵਾਂ ਦੇ ਪਿਛਲੇ ਵਲੋਗਾਂ ਦੇ ਕਮੈਂਟ ਆਏ, ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ, ਕਿਉਂਕਿ ਥੋੜ੍ਹਾ ਜਿਹਾ ਬਿਜ਼ੀ ਚੱਲ ਰਿਹਾ, ਥੋੜ੍ਹਾ ਜਿਹਾ ਰਿਪਲਾਈ ਲੇਟ ਹੁੰਦਾ, ਅਤੇ ਇਹਦੇ ਕਰਕੇ ਸੋਰੀ ਜੀ, ਗੁੱਸਾ ਨਾ ਕਰਿਓ, ਅਤੇ ਸਾਨੂੰ ਸਾਰਿਆਂ ਦਾ ਪਤਾ ਕਿ ਕਿਹੜਾ ਕਿਹੜਾ ਸਾਨੂੰ ਕਮੈਂਟ ਕਰ। ਆਹ ਦੇਖੋ ਆਹ ਤਾਂ ਸੇਵੀਆਂ ਬਣੀ ਜਾ ਰਹੀਆਂ, ਭਾਵੇਂ ਤਲ ਲਓ ਆਲੂ ਵਾਲੇ ਪਾਪੜ ਜੀ। ਇੱਧਰ ਆਪਾਂ ਨੇ ਮਸਾਲੇ ਪਾ ਲਏ ਨੇ ਆਲੂਆਂ ਦੇ ਵਿੱਚ, ਹਰੀਆਂ ਮਿਰਚਾਂ, ਜੀਰਾ,
ਗਰਮ ਮਸਾਲਾ ਥੋੜ੍ਹਾ ਜਿਹਾ ਅਤੇ ਲੂਣ ਥੋੜ੍ਹੀ ਜਿਹੀ ਜਵੈਣ, ਤੁਹਾਨੂੰ ਮੈਸ਼ ਕਰ ਲੈਣਾ ਚੰਗੀ ਤਰ੍ਹਾਂ, ਉਧਰ ਹੀ ਕਰ ਲੈਂਦੇ ਹਾਂ ਹੈ ਨਾ, ਨਹੀਂ ਜਿਹੜਾ ਹੱਥ ਨਾਲ ਮੈਸ਼ ਹੋਣਾ ਹੱਥ ਨਹੀਂ ਹੋਣਾ। ਅਤੇ ਲਓ ਜੀ ਪੇਸਟ ਆਪਣਾ ਰੈਡੀ ਹੈ, ਅਤੇ ਇੱਧਰ ਆਪਾਂ ਬਣਾਉਂਦੇ ਹਾਂ ਹੁਣ ਪਰੌਂਠੇ। ਪਰੌਂਠੇ ਆਪਣੇ ਗਰਮਾ ਗਰਮ ਰੈਡੀ ਨੇ ਆਲੂ ਵਾਲੇ, ਅਤੇ ਆਓ ਮੇਰੇ ਭੈਣ ਭਰਾ ਖਾਓ ਆਲੂ ਵਾਲੇ ਪਰੌਂਠੇ। ਅਤੇ ਅੱਜ ਸਾਡੇ ਪਰੌਂਠੇ ਸੁੱਕੇ ਨਹੀਂ ਬਣ ਰਹੇ, ਅੱਜ ਸਾਡੇ ਪਰੌਂਠੇ ਗਿੱਲੇ ਬਣ ਰਹੇ ਨੇ। ਇੱਕ ਪਾਸੇ ਲਾ ਦਿੰਦੇ ਹਾਂ ਕਿ ਦੋਨਾਂ ਪਾਸੇ ਲਾ ਲਓ, ਦੋਨੋਂ ਪਾਸੇ। ਆਹ ਦੇਖੋ ਐਗਜ਼ੌਸਟ ਫੈਨ ਚੱਲ ਰਿਹਾ, ਉੱਧਰ ਦਰਵਾਜ਼ਾ ਖੁੱਲ੍ਹਾ, ਹਵਾ ਆ ਰਹੀ ਹੈ ਅਤੇ ਧੂੰਆਂ ਸਾਰਾ ਇੱਧਰ ਉੱਧਰ ਹੀ ਜਾ ਰਿਹਾ। ਅੱਜ ਹਵਾ ਬਹੁਤ ਵਧੀਆ ਚੱਲ ਰਹੀ ਹੈ ਅੱਜ। ਇੱਕ ਨਾ ਮੈਨੂੰ ਅੱਜ ਨਾ ਚਿਮਟਾ ਨਹੀਂ ਲੱਭਿਆ, ਵੈਸੇ ਆਪਾਂ ਤਾਂ ਛੇਲੇ ਨੇ ਬਣਿਆ ਨਾ ਕਹਿ ਲਿਆ, ਬਸ ਇਹ ਖਾ ਕੇ ਉਨੀਆਂ ਹੀ ਕੈਲਰੀਆਂ ਬਰਨ ਕਰਨੀਆਂ ਨੇ। ਬਰਨ ਕਿਵੇਂ ਕਰਨੀ, ਜਾ ਕੇ ਬਹਿ ਜਾਣਾ ਉੱਥੇ ਬਰਨ ਕਰਨਾ ਨਹੀਂ ਨਾ, ਚਾਰ ਪੰਜ ਗੇੜੇ ਕੱਢਣੇ ਨੇ। ਚਲ ਠੀਕ ਹੈ। ਨਾ ਮੈਂ ਤੁਹਾਨੂੰ ਦੋ ਪਰੌਂਠੇ ਦਿੱਤੇ ਆਲੂ ਵਾਲੇ, ਅਤੇ ਮੈਂ ਕਹਿ ਰਹੀ ਕੋਈ ਲੈ ਹੀ ਲੈਂਦਾ ਕਿ ਤੁਸੀਂ ਹੋਰ ਲੈ ਜਾਓ, ਕਹਿੰਦੇ ਨਹੀਂ ਬੜੇ ਨੇ। ਅਤੇ ਦਮਨ ਕਹਿੰਦੀ ਪਾਪਾ ਤੁਹਾਡੇ ਤਾਂ ਮੰਗ ਲੈਂਦੇ ਹੋਣਗੇ ਕਿ ਦੇ ਦਿਓ, ਕਹਿੰਦੇ ਸਾਡੇ ਸਕੂਲ 'ਚ ਤਾਂ ਖੋਂਦੇ ਨੇ ਕਿ ਇੱਧਰ ਕਰੋ ਜਿਹੜੀ ਚੀਜ਼ ਵਧੀਆ ਖੋ ਲੈਂਦੇ ਜਵਾਕ। ਹਾਂ ਕਹਿੰਦੇ ਮੈਂ ਕਹਿੰਦੇ ਫੜਾਓ ਫੜਾਓ ਇੱਧਰ ਫੜਾਓ ਛੇਤੀ। ਅਤੇ ਦਮਨ ਗੁੱਡ ਮੋਰਨਿੰਗ, ਦਮਨ ਨੇ ਲਾ ਲਈ ਜੀ ਉੱਠ ਕੇ ਔਨਲਾਈਨ ਕਲਾਸ, ਟਾਈਮ ਹੋ ਗਿਆ 9:30 ਦਾ, ਅਤੇ ਕਲਾਸਾਂ ਲੱਗੀਆਂ ਨੇ 8 ਦੀਆਂ ਦਮਨ। ਅੱਛਾ ਚਲੋ ਠੀਕ ਹੈ। ਗਰਮੀ ਗਰਮੀ ਨੂੰ ਮਾਰਦੀ ਹੈ ਨਾ, ਮੇਰਾ ਮੂਡ ਨਹੀਂ ਬਿਲਕੁਲ ਵੀ ਕੰਮ ਕਰਨ ਦਾ, ਅਤੇ ਬਸ ਕਿਆ ਕੱਪੜੇ ਧੋ ਕੇ ਮੈਂ ਕਿਹਾ ਬਸ ਮੈਂ ਫ੍ਰੀ ਹਾਂ ਦੁਬਾਰ, ਅਤੇ ਉੱਧਰੋਂ ਪਾਣੀ ਲਿਆ ਕੇ ਮੈਂ ਥੋੜ੍ਹਾ ਜਿਹਾ ਵਿਹੜਾ ਗੰਦਾ ਹੋਇਆ ਵਿਹੜਾ ਵੀ ਧੋ ਦਾ, ਆਪਣੀਆਂ ਬੈਡਸ਼ੀਟਾਂ ਵੀ ਧੋਣ ਵਾਲੀਆਂ ਹਨ ਜਿਹੜੀ ਆਪਾਂ ਨੇ ਧੋਤੀਆਂ, ਕੱਪੜੇ ਆਪਣੇ ਸੁੱਕਦੇ ਨੇ। ਆਹ ਗਰਮੀ 'ਚ ਤਾਂ ਬੰਦੇ ਸੁੱਕਣ ਦੇ ਕੱਪੜੇ ਦਾ ਕੀ। ਅਤੇ ਇੱਕ ਮੇਰੀ ਭੈਣ ਦਾ ਕਮੈਂਟ ਆਇਆ ਸੀ, ਉਹ ਕਹਿ ਰਹੀ ਸੀ ਕਿ ਤੁਸੀਂ ਨਾ ਪਟਕਾ ਬੰਨਣਾ ਦੱਸਿਓ, ਮੈਨੂੰ ਪਟਕਾ ਬੰਨਣਾ ਨਹੀਂ ਆਉਂਦਾ। ਅਤੇ ਜ਼ਰੂਰ ਜੀ ਤੁਹਾਡਾ ਜ਼ਰੂਰ ਵੀਡੀਓ ਸ਼ੇਅਰ ਕਰਾਂਗੇ ਫਤਿਹ ਦੇ ਪਰਨੀਤ ਦੇ ਬੰਨ ਕੇ, ਅਮਾ ਬਣਾਉਣ ਮੈਂ ਆਵਾਂਗੀ ਕਿ ਤੁਸੀਂ ਵਲੌਗ ਬਣਾਓ ਇਹਦਾ। ਲਾਈਟ ਚਾਦਰ ਆਪਾਂ ਲੱਗਦੀਆਂ ਤਾਂ ਸੋਹਣੀਆਂ ਨੇ ਪਰ ਗੰਦੀਆਂ ਛੇਤੀ ਹੋ ਜਾਂਦੀਆਂ। ਕਿੰਨੀ ਮਿੱਟੀ ਦੀ ਸਮੈਲ ਆ ਰਹੀ ਹੈ ਨਾ, ਆਹ ਜਿਹੜਾ ਧੋਤਾ ਨਾ ਤਾਂ ਕਰਕੇ ਇਹਦਾ ਕਰਕੇ ਆ ਰਹੀ, ਸਾਰਾ ਧੋ ਦਿਆ ਉਹ ਉਹ ਰਹਿ ਗਿਆ ਬਸ, ਆਪਣੇ ਵਾਲੀ ਧੋਤੀ ਹੈ ਉਹ ਸਾਫ਼ ਕਰਨੀ ਹੋਰ ਧੋਤੀ, ਇੰਨੇ ਕੁਛ ਦੋ ਬਾਲਟੀਆਂ ਮਾਰ ਦਾਂਗੇ ਆਹ ਪਾਣੀ ਤੋਂ ਜਦੋਂ ਮੈਂ ਇੱਧਰੋਂ ਸਾਫ਼ ਆ, ਜਦੋਂ ਮੈਂ ਆਹ ਸਾਫ਼ ਕਰਨੀ ਹੈ ਬਾਉਂਡਰੀ ਜੀ ਤਾਂ ਇੱਧਰੋਂ ਆ ਜਾਂਦਾ ਸਾਰਾ। ਬਸ 2 ਮਿੰਟ ਬਾਅਦ ਕੱਪੜੇ ਸੁੱਕਣੇ ਨੇ ਸਿਰਫ, ਹੁਣ ਸਾਡੇ ਅੰਦਰ ਦੇ ਕੰਮ ਰਹਿ ਗਏ ਥੋੜ੍ਹੇ ਬਹੁਤੇ, ਉਹ ਮੈਂ ਤਾਂ ਬੰਦ ਨਹੀਂ ਕਰ ਲਿਆ। ਪਾਪਾ ਦੀ ਪਾਈ ਹੈਗੀ ਵੱਡੀ। ਚਲੋ ਜੀ ਇਹ ਹੈਗਾ ਸ਼ਾਮ ਦਾ ਟਾਈਮ, ਅਤੇ ਰਾਤ ਦੀ ਸਬਜ਼ੀ ਦੇ ਵਿੱਚ ਬਣ ਰਹੇ ਜੀ ਕਰੇਲੇ 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 ਨਾ ਮੈਂ ਅੱਜ, ਤੁਸੀਂ ਮੈਨੂੰ ਲੱਗਦਾ ਪਿਛਲਾ ਵਲੌਗ ਦੇਖਿਆ ਹੋਣਾ, ਕਰੇਲੇ ਮੈਂ ਅੱਜ 15 ਦਿਨਾਂ ਬਾਅਦ ਬਣਾ ਰਹੀ ਹਾਂ, 15 ਦਿਨਾਂ ਬਾਅਦ ਜਾਂ 10 ਦਿਨਾਂ ਬਾਅਦ ਕਰੇਲੇ ਮੈਂ ਕਿਲੋ ਲਿਆ ਕੇ ਬਣਾ ਕੇ ਰੱਖ ਦਿੰਦੀ ਹਾਂ ਫਰਿੱਜ 'ਚ ਡੱਬਾ ਭਰ ਕੇ, ਜਿਵੇਂ ਆਪਾਂ ਦਾਲ ਬਣਾਈ ਹੋਵੇ ਤਰੀ ਵਾਲੀ ਸਬਜ਼ੀ, ਅਤੇ ਉਹਦੇ ਨਾਲ ਇੱਕ ਕਰੇਲਾ ਚੱਕੋ ਜਾਂ ਫਿਰ ਸਵੇਰੇ ਪਰੌਂਠਿਆਂ ਨਾਲ, ਸਾਡੇ ਦਮਨ ਨੂੰ ਬਹੁਤ ਪਸੰਦ ਨੇ ਅਤੇ ਤਾਂ ਕਰਕੇ ਮੈਨੂੰ ਵਾਰ ਵਾਰ ਬਣਾਉਣੇ ਪੈਂਦੇ ਨੇ। ਇਹਦੇ ਮਸਾਲੇ ਜਿਹੜੇ ਆਪਾਂ ਨੇ ਪਾਏ ਨੇ ਉਹ ਆਪਾਂ ਕੁਛ ਨਹੀਂ ਦਿਖਾਇਆ, ਦਿਖੋਇਆ ਆਪਾਂ ਨੂੰ ਕਾਹਲੀ ਹੈ ਨਹੀਂ। ਇਹ 'ਚ ਆਪਾਂ ਨੇ ਪਾਏ ਨੇ ਪਿਆਜ਼, ਥੋੜ੍ਹਾ ਜਿਹਾ ਲਸਣ, ਅਤੇ ਹਰੀਆਂ ਮਿਰਚਾਂ, ਅਤੇ ਜੀਰਾ, ਹਲਦੀ, ਲੂਣ, ਲਾਲ ਮਿਰਚ, ਆਮਚੂਰ ਪਾਊਡਰ, ਧਨੀਆ ਪਾਊਡਰ, ਆਪਾਂ ਭਰ ਕੇ ਟਾਈਮ ਹੋ ਗਿਆ 6:00
ਪਰ ਗਰਮੀ ਗਰਮੀ ਨੇ ਫੱਟੇ ਚੱਕ ਰੱਖੇ ਨੇ ਪੂਰੇ, ਬੁਰਾ ਹਾਲ ਹੋਇਆ ਪਿਆ ਗਰਮੀ ਨਾਲ। ਕੋਈ ਵੀ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਹੈਗਾ ਗਰਮੀ ਦੇ ਵਿੱਚ। ਅਸੀਂ ਸਵੇਰੇ ਸਵੇਰੇ ਸਫਾਈਆਂ ਕਰ ਲਈਆਂ ਸੀ ਅਤੇ ਦੁਪਹਿਰੇ ਬਸ ਅਸੀਂ ਸਾਰਾ ਦਿਨ ਏ ਸੀ ਥੱਲੇ ਬਹਿ ਕੇ ਕੂਲਰ ਥੱਲੇ ਬਹਿ ਕੇ ਟਾਈਮ ਕੱਢਿਆ। ਅਤੇ ਇੱਕ ਵਾਰੀ ਭੈਣ ਕਹਿ ਰਹੀ ਜਿਹੜੇ ਪਿਛਲੀ ਵਾਰ ਕਰੇਲੇ ਬਣਾਏ ਕਹਿੰਦੇ ਬੜੇ ਗਏ ਹਰੇ ਕਰੇਲੇ ਨੇ, ਅਤੇ ਕਰੇਲੇ ਵਾਕਈ ਬੜੇ ਫਰੈਸ਼ ਹਨ। ਉਹ ਇੱਥੇ ਸਾਡੇ ਲਾਗੇ ਸਬਜ਼ੀ ਲਾਉਂਦੇ ਨੇ, ਅਸੀਂ ਉੱਥੋਂ ਲੈ ਕੇ ਆਉਂਦੇ ਹਾਂ, ਜਾ ਕੇ ਫਰੈਸ਼ ਸਬਜ਼ੀ ਮਿਲਦੀ। ਗਰਮੀ 'ਚ ਕਰੇਲੇ ਖਾ ਕੇ ਬੁਰਾ ਹਾਲ ਹੋ ਜਾਂਦਾ, ਨਾਲ ਕੱਚੀ ਲੱਸੀ ਬਣਾ ਲਓ ਜਾਂ ਦੂਜੀ ਦਹੀਂ ਵਾਲੀ ਲੱਸੀ। ਦਹੀਂ ਵਾਲੀ ਲੱਸੀ ਕਿਹੜੀ ਹੁੰਦੀ ਹੈ? ਦਹੀਂ ਵਾਲੀ ਲੱਸੀ ਜਿਹੜੀ ਹੁੰਦੀ ਹੈ, ਜਿਹੜੀ ਆਪਣੇ ਘਰ ਬਈ ਬੋਤਲ ਜੋ ਪਈ ਨਾ ਖਾਈ ਜਿਹੜੀ ਆਪਾਂ ਨੂੰ ਪਿੰਡੋਂ, ਉਹ ਦਹੀਂ ਵਾਲੀ ਲੱਸੀ ਹੁੰਦੀ। ਕੱਚੀ ਲੱਸੀ ਹੁੰਦੀ ਦੁੱਧ ਦੀ, ਕੱਚੇ ਦੁੱਧ ਦੀ, ਜਿਵੇਂ ਥੋੜ੍ਹਾ ਜਿਹਾ ਦੁੱਧ ਪਾ ਕੇ ਪਾਣੀ ਪਾ ਕੇ ਉਹਨੂੰ ਕੱਚੀ ਲੱਸੀ ਕਹਿੰਦੇ ਹਾਂ। ਅਤੇ ਕੱਲ੍ਹ ਨਾ ਸਫਾਈਆਂ ਕਰਦਿਆਂ ਕੰਮ ਕਰਦਿਆਂ ਕੱਲ੍ਹ ਨਾ ਬੜਾ ਉੱਧਰ ਹਨੇਰੀ ਜਿਹੀ ਆਈ ਸੀ ਨਾ, ਮਿੱਟੀ ਚੜੀ ਪਈ ਸਾਰੇ ਦਰਵਾਜ਼ੇ ਨੇ। ਤੁਸੀਂ ਕੱਲ੍ਹ ਵਾਲੇ ਬਲੌਗ 'ਚ ਦੇਖਿਆ ਨਾ, ਸਾਰਾ ਦਰਵਾਜ਼ਾ ਮਿੱਟੀ ਦਾ ਸੀ। ਅਤੇ ਅੱਜ ਮੈਂ ਸਵੇਰੇ ਸਾਰੇ ਦਰਵਾਜ਼ੇ ਸਾਫ਼ ਕੀਤੇ ਅਤੇ ਬਾਹਰੋਂ ਵਿਹੜਾ ਵੂੜਾ ਵੀ ਧੋਤਾ, ਅਤੇ ਪਤਾ ਨਹੀਂ ਮੇਰਾ ਪੈਰ ਜਿਹਾ ਫਿਸਲ ਗਿਆ, ਉਹਦੇ ਕਰਕੇ ਆਪਣੀ ਡਿਸਕ ਦੀ ਜਿਹੜੀ ਪ੍ਰੋਬਲਮ ਹੈ ਫਿਰ ਸ਼ੁਰੂ ਹੋ ਗਈ। ਅਤੇ ਮੈਨੂੰ ਬੜੀ ਟੈਨਸ਼ਨ ਜੀ ਪਈ, ਮੈਂ ਕਿਤੇ ਜ਼ਿਆਦਾ ਇਹਨਾਂ ਕੰਮ ਵੱਧ ਜੇ ਪਹਿਲਾਂ ਵਾਂਗੂ। ਪਹਿਲਾਂ ਤਾਂ ਮੈਂ ਮਹੀਨਾ ਇੱਕ ਮੰਜੇ ਤੋਂ ਹੀ ਨਹੀਂ ਹਾਂ ਉੱਠੀ, ਇਹਦੇ ਕਰਕੇ ਮੈਂ ਬੈਲਟ ਬੁਲਟ ਲਾ ਲਈ। ਮੈਂ ਕਿਹਾ ਰਾਤ ਨੂੰ ਨਾ ਮੂੰਗ ਲਾਵਾਂਗੀ ਇਹਨੂੰ। ਅਤੇ ਦਮਨ ਸਾਡੇ ਨੇ ਬਣਾ ਕੇ ਮੈਨੂੰ ਪਿਆਈ ਹੈ ਚਾਹ, ਘੈਂਟ ਜੀ। ਜਦੋਂ ਦੇ ਮੰਮੀ ਆਏ ਸੀ, ਮੰਮੀ ਚਲੇ ਗਏ, ਸਾਡਾ ਘਰੇ ਬਿਲਕੁਲ ਵੀ ਦਿਲ ਨਹੀਂ ਲੱਗਦਾ ਹੈਗਾ। ਮੰਮੀ ਉਦਣ ਗਏ ਕਲਿੰਦਰ ਨਾਲ, ਉਹ ਲੈ ਕੇ ਕਹਿੰਦੇ ਆ ਜਾਓ ਆ ਜਾਓ ਆ ਜਾਓ ਛੇਤੀ ਆ ਜਾਓ। ਮੈਂ ਕਹਿ ਰਹੀ ਹਾਂ ਸਰ ਮੇਰੇ ਕੋਲ ਰਹਿ ਜਾਂਦੇ, ਅਤੇ ਮੰਮੀ ਨੂੰ ਕਹਿ ਰਹੇ ਸਰ ਕਿ ਆ ਜਾਊਗੀ ਮੈਂ ਇੱਕ ਅੱਧੇ ਦਿਨ ਤੱਕ। ਮੰਮੀ ਰੌਣਕ ਜੀ, ਮੰਮੀ ਨੂੰ ਨਾ ਆਦਤ ਆ ਦੁਪਹਿਰੇ ਜਿਵੇਂ ਕੰਮ ਕੁੰਮ ਕਰ ਲਿਆ ਤਾਂ ਮੰਮੀ ਕਹਿੰਦੀ ਚਾਹ ਬਣਾ ਦੇ ਮੈਨੂੰ ਕੱਪ, ਅਤੇ ਬੰਦਾ ਕੰਮ ਜੇ ਲੱਗਾ ਰਹਿੰਦਾ। ਜਿਨ੍ਹਾਂ ਨੇ ਨਹੀਂ ਦੇਖਿਆ ਜਾ ਕੇ ਪਲੀਜ਼ ਜ਼ਰੂਰ ਦੇਖਿਓ। ਅਸੀਂ ਤੁਹਾਡੇ ਲਈ ਵਲੌਗ ਬਣਾਇਆ, ਨਾਲੇ ਟਾਈਮ ਕੱਢਿਆ, ਮੋਹਾਲੀ ਗਏ ਹਾਂ ਘੁੰਮਦੇ ਫਿਰਦੇ। ਤੁਸੀਂ ਕਹਿੰਦੇ ਹੁੰਦੇ ਘੁੰਮਣ ਫਿਰਨ ਵਾਲੇ ਵਲੌਗ ਪਾਇਆ ਕਰੋ, ਅਤੇ ਜੇ ਅਸੀਂ ਘੁੰਮਣ ਫਿਰਨ ਵਾਲੇ ਪਾਉਂਦੇ ਹਾਂ ਤਾਂ ਫਿਰ ਤੁਸੀਂ ਵਹਿੰਦੇ ਨਹੀਂ, ਬਿਜ਼ੀ ਹੋ ਜਾਂਦੇ ਹੋ। ਜ਼ਰੂਰ ਦੇਖਿਓ ਜਾ ਕੇ ਜਿਹੜੇ ਮੇਰੇ ਭੈਣ ਭਰਾਵਾਂ ਨੇ ਨਹੀਂ ਦੇਖਿਆ। ਤੁਹਾਨੂੰ ਤੁਸੀਂ ਨਾ ਐਂ ਕਰੋ, ਕੜਾਹੀ 'ਚ ਪਾ ਕੇ ਨਾ ਤੇਲ ਸਰੋਂ ਦਾ ਗੈਸ 'ਤੇ ਰੱਖ ਦਿਓ। ਮੈਂ ਸਭ ਕਰੇਲੇ ਥੋੜ੍ਹੀ ਰਹਿ ਗਏ ਭਰ ਕੇ, ਬਸ ਮੈਂ ਆ ਗਈ। ਗਰਮੀ ਬਹੁਤ ਆ, ਨਾਲ ਦਾਲ ਹੀ ਬਣਾਇਆ ਮੂੰਗੀ ਮਸਰੀ ਦੀ? ਨਹੀਂ ਨਹੀਂ, ਦਾਲ ਨਹੀਂ, ਬਸ ਕਰੇਲੇ ਖਾ ਰਹੇ ਨੇ। ਸਾਡੇ ਨਾਲ ਪੱਖੇ ਦੀ ਹਵਾ ਸਿਰਫ ਇੱਥੇ ਆਉਂਦੀ, ਨਾ ਤਾਂ ਉੱਧਰ ਸੋਫਿਆਂ 'ਤੇ ਆਉਂਦੀ, ਨਾ ਦੀਵਾਨ 'ਤੇ ਆਉਂਦੀ ਹੈ। ਅਤੇ ਕੂਲਰ ਅਸੀਂ ਅੱਜ ਅੰਦਰ ਲਾ ਰੱਖਿਆ। ਅਸੀਂ ਦੁਪਹਿਰੇ 3 ਵਜੇ ਤੱਕ ਤਾਂ ਅਸੀਂ ਕੂਲਰ 'ਚ ਲਾਈ ਰੱਖਿਆ, ਅਤੇ ਉਦੋਂ ਬਾਅਦ ਫਿਰ ਅਸੀਂ ਏ ਸੀ ਲਾ ਕੇ ਅਤੇ ਅਸੀਂ ਦੋਨੇ ਮਾਵਾਂ ਧੀਆਂ ਸੌਂ ਗਈਆਂ। ਅਤੇ 5:30 ਵਜੇ ਏ ਸੀ ਬੰਦ ਕੀਤਾ, ਫਿਰ ਚਾਹ ਚੂਹ ਪੀਤੀ ਹੈ, ਅਤੇ ਹੁਣ ਬਸ ਰਾਤ ਦੀ ਰੋਟੀ ਵੀ ਕਰਨ ਲੱਗ ਪਏ ਆਪਾਂ ਤਿਆਰੀ। ਕਰੇਲੇ ਆਪਣੇ ਭਾਗੇ ਨਾਲ ਆਪਾਂ ਹੁਣ ਤੜਕਾ ਲਾ ਲਈਏ। 6 ਵਜੇ ਛੇ ਵਜੇ ਉੱਠੀ, 6:30 ਵਜੇ ਆਪਾਂ ਨੇ ਸਾਡੇ 6 ਵਜੇ
ਥੈਂਕ ਯੂ। ਗਰਮੀ ਕਰੇਲੇ ਬਣਾ ਬਣਾ ਕੇ ਮੇਰੀ ਬੱਸ ਹੋ ਗਈ। ਅਤੇ ਉੱਧਰ ਆਪਾਂ ਨੇ ਕਰੇਲੇ ਰੱਖਤੇ ਨੇ ਅਤੇ ਹੁਣ ਆਪਾਂ ਬਾਹਰ ਬਹਿੰਦੇ ਹਾਂ। ਮੈਂ ਤਾਂ ਦਮਨ ਫੈਨ ਬੰਦ ਕਰ ਰਹੀ ਹਾਂ ਅਤੇ ਬਾਹਰ ਦਾ ਮੌਸਮ ਥੋੜ੍ਹਾ ਜਿਹਾ ਡਾਊਨ ਹੋਇਆ, ਹਵਾ ਚੱਲਦੀ ਪਈ ਹੈ ਅਤੇ ਘੜੀ ਘੜੀ ਨਾ ਤਰੇਹ ਹੀ ਲੱਗੀ ਜਾਂਦੀ, ਵਾਰ ਵਾਰ ਕੇ ਪਾਣੀ ਪੀ ਜਾਈਏ ਪਾਣੀ ਪੀ। ਤੂੰ ਨਹੀਂ ਪੀਣਾ ਕਿਉਂ? ਦਮਨ ਦਾ ਦਿਲ ਨਹੀਂ ਲੱਗਦਾ ਵਿਚਾਰਦਾ, ਦਮਨ ਨੂੰ ਟਿਊਸ਼ਨ ਤੋਂ ਵੀ ਨਹੀਂ ਛੁੱਟੀਆਂ ਹੋ ਰਹੀਆਂ ਅਤੇ ਦਮਨ ਨੇ ਜਾਣਾ ਪਿੰਡ। ਜਿੱਦਣ ਟਿਊਸ਼ਨ ਛੁੱਟੀਆਂ ਹੋਈਆਂ ਉੱਦਣ ਦਮਨ ਨੇ ਪਿੰਡ ਭੱਜ ਜਾਣਾ, ਹੈ ਨਾ ਦਮਨ? ਇੱਕ ਜੂਨ ਤੋਂ ਹੀ ਆਉਣਾ ਹੈ ਨਾ? ਨਹੀਂ, ਇੱਕ ਜੂਨ ਲੱਗਣਾ ਨਾ ਸਕੂਲ। ਮੈਨੂੰ ਯਾਦ ਹੈ ਜੁਲਾਈ ਚ ਆ ਰਿਹਾ, 15 ਜੁਲਾਈ ਦਾ ਪਾਪਾ ਦਾ ਆ ਰਿਹਾ, 1 ਜੁਲਾਈ ਦਾ। ਚਲੋ ਦੇਖਦਾ ਦਮਨ ਸਾਨੂੰ ਕੀ ਸਰਪ੍ਰਾਈਜ਼ ਦਿੰਦੀ ਹੈ। ਠੀਕ ਹੈ।